بنارس مہان تیرت ہے گنگا ایک منی پرمنی ندی ہے جتھوں دی لنگ دی ہے لوکاں دے منا وچ اس دا ادب ستکار پیار اسی طرح مکے مدینے دی مسلماناں دے اندر ایڈی محبت کے ایتھے بیٹھیاں وی اس پاسے پیر نہیں کرنے ایتھے بھی سونا ہے تا سر اسے پاسے کر کے سونا ہے پر کوئی گنگا تے جائے گا تا
ਤਾਂ ਹੀ ਗੰਗਾ ਜਲ ਪੀਵੇਗਾ। ਕਾਸ਼ੀ ਜਾਏਗਾ ਤਾਂ ਹੀ ਜਾ ਕੇ ਤੀਰਥ ਪਰਸੇਗਾ। ਮੱਕੇ ਮਦੀਨੇ ਕੋਈ ਪਹੁੰਚੇਗਾ ਤਾਂ ਹੀ ਉਸਨੂੰ ਹੱਜ ਦਾ ਫਲ ਮਿਲੇਗਾ। ਅਤੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਕਿਤੇ ਜਾਣ ਦੀ ਲੋੜ ਨਹੀਂ, ਇੱਥੇ ਬਹਿ ਕੇ ਸਾਹਿਬ ਦੇ ਗੁਣ ਗਾ, ਤੀਰਥ ਤੇਰੇ ਪੈਰਾਂ ਤਲੇ, ਤੀਰਥ ਤੈਨੂੰ ਪਰਸਣ ਆਵਣ। ਕਿਹੜੀ ਵਡਿਆਈ ਦਿੱਤੀ, ਕਿਤਨੀ ਬਖਸ਼ਿਸ਼ ਕੀਤੀ, ਪਰ ਸ਼ਰਤ ਇਹ ਹੈ ਕਿ ਗਾਵੀਏ। ਗਾਵਣ ਦੀ ਤਾਕੀਦ ਕੀਤੀ, ਜੇ ਘਰ ਘਰ ਬਹਿ ਕੇ ਗਾਵੋਗੇ ਤਾਂ ਘਰ ਘਰ ਤੀਰਥ ਬਣ ਜਾਏਗਾ। ਮੱਕੇ ਮਦੀਨੇ ਜੈਸੀ ਪੂਜਨ ਯੋਗ ਥਾਂ ਘਰੇ ਬਣ ਜਾਏਗੀ, ਤੁਹਾਨੂੰ ਕਿਤੇ ਭਟਕਣ ਦੀ ਲੋੜ ਨਾ ਪਏਗੀ। ਬਈ ਜਾਈਏ ਤਾਂ ਤੀਰਥ ਪਰਸੀਏ, ਜਾ ਕੇ ਗੰਗਾ ਤੇ ਗੰਗਾ ਜਲ ਪੀਵੀਏ। ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਨੇ ਬਾਂਬੜੀ ਰਚੀ, ਕੋਈ ਤੀਰਥ ਵਾਸੀ, ਤੀਰਥਾਂ ਦੇ ਯਾਤਰੂ, ਜਿਹਨਾਂ ਜਾਣਾ ਸੀ ਤੀਰਥਾਂ ਤੇ ਮੁੜ ਆਉਣਾ ਸੀ ਇਸੇ ਰਸਤਿਓਂ, ਸੋਚਿਆ ਮੱਥਾ ਟੇਕ ਜਾਈਏ। ਸੁਣਿਆ ਇੱਥੇ ਗੁਰੂ ਨਾਨਕ ਦੀ ਜੋਤ ਹੈ, ਗੁਰੂ ਅਮਰਦਾਸ ਪਾਤਸ਼ਾਹ ਗੁਰ ਬੈਠਾ ਅਮਰ ਸਰੂਪ ਹੋਏ, ਗੁਰਮੁਖ ਪਾਈ ਦਾਤ ਇਲਾਹੀ। ਇਸ ਵੇਲੇ ਮੱਥਾ ਟੇਕਣ ਵਾਸਤੇ ਯਾਤਰੂ ਆਏ, ਗੁਰੂ ਅਮਰਦਾਸ ਪਾਤਸ਼ਾਹ ਆਪ ਕਿਉਂਕਿ ਯਾਤਰਾ ਕਰਦੇ ਆਏ ਹਨ, ਇੱਕੀ ਵਾਰੀ ਯਾਤਰਾ ਕੀਤੀ ਸੀ ਤੇ ਯਾਤਰਾ ਦੇ ਦੁੱਖ ਜਾਣਦੇ ਸਨ, ਵੀ ਕਿਤਨੇ ਹੁੰਦੇ ਹਨ ਅਨੁਭਵ ਸੀ। ਇਸ ਵਾਸਤੇ ਚਾਂ ਪੁੱਛਿਆ ਯਾਤਰੂ ਕਿੱਧਰ ਨੂੰ, ਗੰਗਾ ਦੇ ਇਸ਼ਨਾਨ? ਹਾਂ ਮਹਾਰਾਜ। ਕਹਿਣ ਲੱਗੇ ਹੁਣ ਕੀ ਲੋੜ ਹੈ ਜਾਣ ਦੀ, ਅਸੀਂ 68 ਤੀਰਥ ਇੱਥੇ ਹੀ ਸੱਦ ਲਏ। ਮਹਾਰਾਜ ਕਿੱਥੇ? ਕਹਿਣ ਲੱਗੇ ਇਸ ਬਾਵਲੀ ਵਿੱਚ। 68 ਤੀਰਥਾਂ ਦਾ ਫਲ ਉਸ ਨੂੰ ਜਿਹੜਾ ਆ ਗੁਰੂ ਕੀ ਬਾਵਲੀ ਵਿੱਚ ਇਸ਼ਨਾਨ ਕਰ ਲਵੇ, ਤੇ ਜੇ ਫਿਰ ਵੀ ਤੁਹਾਡਾ ਮਨ ਨਹੀਂ ਮੰਨਦਾ ਤੇ ਭਟਕਣਾ ਚਾਹੁੰਦੇ ਹੋ ਤਾਂ ਬਿਸ਼ੱਕ ਜਾਓ। ਕਹਿਣ ਲੱਗੇ ਮਹਾਰਾਜ ਬਚਨ ਤਾਂ ਤੁਹਾਡੇ ਸੱਤ ਹਨ, ਪਰ ਪਿਤਾ ਪੁਰਖੀ ਚਲੀ ਆਉਂਦੀ ਹੈ ਤੀਰਥਾਂ ਤੇ ਜਾਣਾ। ਸਾਹਿਬ ਨੇ ਆਖਿਆ ਬੇਸ਼ੱਕ ਜਾਓ, ਅਸੀਂ ਮਨਾ ਨਹੀਂ ਕਰਦੇ। ਬਾਕੀ ਇੰਜ ਨਾ ਕਹਿਣਾ ਵੀ ਸਾਨੂੰ ਦੱਸਿਆ ਨਹੀਂ ਸੀ, ਇਸ ਵਾਸਤੇ ਗੱਲ ਦੱਸੀ ਹੈ, ਜਾਓ ਬੇਸ਼ੱਕ। ਮੱਥਾ ਟੇਕ ਕੇ ਚਲੇ ਗਏ, ਹਰਿਦੁਆਰ ਪਹੁੰਚੇ, ਇਸ਼ਨਾਨ ਕਰਦਿਆਂ ਹੱਥ ਵਿੱਚ ਪਿੱਤਲ ਦੀ ਗੜਵੀ ਸੀ, ਉੱਤੇ ਨਾਮ ਲਿਖਿਆ ਸੀ। ਉਹ ਗੜਵੀ ਗੰਗਾ ਵਿੱਚ ਰੁੜ ਗਈ, ਬੜੇ ਹੱਥ ਪੈਰ ਮਾਰੇ ਪਰ ਗੜਵੀ ਹੱਥ ਨਾ ਆਈ, ਪਰਤ ਕੇ ਆਏ। ਇਸ ਵੇਲੇ ਪਹੁੰਚੇ ਗੋਂਦਵਾਲ ਸਾਹਿਬ। ਸਾਹਿਬ ਨੇ ਪੁੱਛਿਆ ਯਾਤਰੂ ਕਰਾਏ ਇਸ਼ਨਾਨ? ਹਾਂ ਮਹਾਰਾਜ, ਬੜੇ ਸੁੱਖ ਦੇ ਇਸ਼ਨਾਨ ਕੀਤੇ, ਬੜਾ ਆਨੰਦ ਹੋਇਆ। ਸਾਹਿਬ ਨੇ ਆਖਿਆ ਤੇ ਹੁਣ ਜਾਂਦਿਆਂ ਨਹੀਂ ਤੇ ਚਲੋ ਆਉਂਦਿਆਂ ਹੀ ਬਾਂਬਲੀ 'ਚ ਇਸ਼ਨਾਨ ਕਰ ਲਓ। ਕਹਿਣ ਲੱਗੇ ਚੰਗਾ ਸਤਿਗੁਰੂ, ਤੇਰਾ ਬਚਨ ਇਹ ਟਾਲਣਾ ਪਾਪ ਹੈ, ਤੋ ਕਰਦੇ ਹਾਂ ਇਸ਼ਨਾਨ। ਜਿਸ ਵੇਲੇ ਇਸ਼ਨਾਨ ਕਰਨ ਗਏ, ਚੁੱਭੀ ਲਾਈ ਤੇ ਹੱਥ ਵਿੱਚ ਆ ਗਈ ਗੜਵੇ ਪਿੱਤਲ ਦੀ, ਜਿਹਦੇ ਉੱਤੇ ਲਿਖਿਆ ਸੀ ਨਾਮ। ਅਚਰਜ ਹੋ ਕੇ ਗੜਵੀ ਨੂੰ ਦੇਖਿਆ ਤੇ ਆਖਿਆ ਹੈ ਆਹ ਤਾਂ ਮੇਰੀ ਗੜਵੀ ਹੈ, ਪਰ ਇਹ ਤਾਂ ਗੰਗਾ ਦੀਆਂ ਲਹਿਰਾਂ ਰੋੜ ਕੇ ਲੈ ਗਈਆਂ ਸਨ, ਕੁਝ ਸਮਝ ਨਹੀਂ ਆਉਂਦੀ ਬਾਤ, ਇੱਥੇ ਗੜਵੀ ਕਿਵੇਂ ਪਹੁੰਚ ਗਈ। ਜਿਸ ਵੇਲੇ ਸੱਚੇ ਪਾਤਸ਼ਾਹ ਦੇ ਅੱਗੇ ਜਾ ਕੇ ਮਨ ਦਾ ਸੰਸਾ ਆਖਿਆ ਤਾਂ ਸਾਹਿਬ ਮੁਸਕਰਾਏ ਤੇ ਕਹਿਣ ਲੱਗੇ ਬਈ ਤੁਹਾਨੂੰ ਜੋ ਆਖਿਆ ਸੀ, ਸਾਰੇ ਤੀਰਥ ਇੱਥੋਂ ਦੀ ਹੋ ਕੇ ਲੰਘਦੇ ਹਨ। ਕਲਯੁਗ ਦਾ ਸਮਾਂ ਹੈ, ਕੌਣ ਤੀਰਥਾਂ ਤੇ ਜਾਏ, ਕੌਣ ਤੀਰਥ ਪਰਸੇ, ਤੇ ਜੇ ਪਰਸ ਵੀ ਲਵੇ ਫਿਰ ਕਿਆ ਹੈ। ਤੀਰਥ ਨਾਮਣ ਜਾਓ, ਤੀਰਥ ਨਾਮ ਹੈ। ਹੁਣ ਤੀਰਥਾਂ ਦਾ ਉਹ ਮਹੱਤਵ ਨਹੀਂ ਜੋ ਕਦੀ ਹੁੰਦਾ ਸੀ, ਹੁਣ ਮਹਾਤਮ ਹੈ ਨਾਮ ਦਾ। ਨਾਮ ਭਾਵੇਂ ਇੱਥੇ ਬਹਿ ਕੇ ਜਪੋ ਤੇ ਭਾਵੇਂ ਕਿਤੇ ਬਹਿ ਕੇ ਜਪੋ, ਤੀਰਥ ਤੁਹਾਨੂੰ ਪਰਸਣ ਆਵਣ। ਭਾਈ ਸਾਹਿਬ ਆਖਦੇ ਨੇ ਗੰਗ ਬਨਾਰਸ ਹਿੰਦੂਆਂ, ਜਿਵੇਂ ਗੰਗਾ ਤੇ ਬਨਾਰਸ ਦਾ ਮਹਾਨ ਤੀਰਥ ਹਿੰਦੂਆਂ ਦਾ ਔਰ ਮੁਸਲਮਾਨਾਂ ਮੱਕਾ ਕਾਬਾ, ਇਸੇ ਤਰ੍ਹਾਂ ਭਾਈ ਮਹਾਨ ਤੀਰਥ ਉਸ ਥਾਂ ਤੇ ਜਿੱਥੇ ਘਰ ਘਰ ਬਾਬਾ ਗਾਵੀਏ।
ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ, ਮਾਲ ਬੱਚੇ ਨੂੰ ਉਠਾ ਕੇ ਆਪਣੇ ਘਰ ਹੀ ਬਹਿ ਗਏ, ਉੱਠੋ ਬਈ ਕੀਰਤਨ ਕਰੋ, ਕਰੋ ਵੀ ਇਸ਼ਨਾਨ ਤੇ ਆ ਜਾਓ ਸਾਰੇ, ਮਿਲ ਕੇ ਹਰ ਜਸ ਕਰੀਏ। ਉੱਥੇ ਤੀਰਥਾਂ ਨੇ ਕੀ ਆਉਣਾ, ਉੱਥੇ ਗੁਰੂ ਨਾਨਕ ਆਉਂਦਾ। ਘਰ ਘਰ ਬਾਬਾ ਗਾਵੀਏ, ਵਜਨ ਤਾਲ ਮਿਰਦੰਗ ਰਬਾਬਾ, ਜਿੱਥੇ ਕੀਰਤਨ ਹੈ, ਜਿੱਥੇ ਕੀਰਤਨ ਦੀ ਧੁਨ ਹੈ, ਜਿੱਥੇ ਕੋਈ ਕੀਰਤਨ ਵਿੱਚ ਮਨ ਜੋੜੀ ਬੈਠਾ ਹੈ। ਭਾਈ ਸਾਹਿਬ ਆਖਦੇ ਨੇ ਉਸਦੇ ਕੋਲ ਬਈ ਸੱਜੇ ਖੱਬੇ ਕਿਤੇ ਵੇਖੋ, ਗੁਰੂ ਨਾਨਕ ਜ਼ਰੂਰ ਬੈਠਾ ਸੀ। ਜਿਵੇਂ ਬਾਬਾ ਜੀ ਦੇ ਪਾਸ ਪਹਿਲੇ ਪਹਿਲੇ ਦਿਨ ਕਵੀ ਜੀ ਆਏ, ਬੜੇ ਚਤੁਰ ਸਨ, ਬੜੇ ਚਲਾਕ, ਇੰਝ ਨਹੀਂ ਸਨ ਆਏ ਜਿਵੇਂ ਕੋਈ ਸ਼ਰਧਾਲੂ ਆਉਂਦਾ, ਕਿਉਂਕਿ ਆਪਣੇ ਮੂੰਹੋਂ ਮੰਨਦੇ ਸਨ ਵੀ ਅਸੀਂ ਤਾਂ ਸਾਧਾਂ ਨੂੰ ਟਿਚਰਾਂ ਕਰਦੇ ਸਨ। ਹੁਣ ਵੀ ਸੁਣਿਆ ਜਦੋਂ ਇੱਥੇ ਬਈ ਕੋਈ ਬਾਬੇ ਆਏ ਹਨ, ਅਸੀਂ ਤਾਂ ਟਿਚਰ ਕਰਨ ਗਏ ਸਨ, ਪਰ ਜਦੋਂ ਉੱਥੇ ਗਏ ਕਿਉਂ ਵੀ ਆ ਕੌਣ ਹੈ, ਨਾਲ ਦੇ ਨੇ ਆਖਿਆ ਜੀ ਇਹ ਕਵੀ ਹੈ। ਕਿਉਂ ਬਈ ਕਵੀ ਕੋਈ ਇਸ ਸਮੇਂ ਦੀ ਕਵਿਤਾ ਬਣਾ ਕੇ ਦੱਸੇ ਤਾਂ ਜਾਣੀਏ। ਅਖੇ ਮੇਰੇ ਮੂੰਹ ਉਸ ਵੇਲੇ ਨਿਕਲ ਗਿਆ, ਮੇਰਾ ਦਿਲ ਕਹਿੰਦਾ ਉਹ ਨੇੜੇ ਹੈ, ਗੁਰੂ ਨਾਨਕ ਇਸੇ ਵੇੜੇ ਹੈ। ਬਾਬੇ ਬੜੇ ਸੇ, ਕਿਉਂ ਬਈ ਗੁਰੂ ਨਾਨਕ ਇਸੇ ਵੇੜੇ ਹੈ, ਹੋਰ ਕਿਸੇ ਵੇੜੇ? ਅਖੇ ਜੀ ਮੈਂ ਬਥੇਰੇ ਵੇੜੇ ਵੇਖੇ ਹਨ, ਕਿਸੇ ਵੇੜੇ ਵਿੱਚ ਗੁਰੂ ਨਾਨਕ ਖੇਡਦਾ ਨਹੀਂ ਵੇਖਿਆ। ਆ ਗੁਰੂ ਕੀ ਸੰਗਤ ਹੈ ਜਿੱਥੇ ਗੁਰੂ ਨਾਨਕ ਵਸਦਾ ਹੈ। ਇਹ ਸ਼ਰਤ ਲਾਈ ਹੈ ਗੁਰਸਿੱਖ ਦੇ ਉੱਤੇ ਪਾਬੰਦੀ ਕਿ ਘਰ ਘਰ ਬਾਬਾ ਗਾਵੀਏ, ਵਜਨ ਤਾਲ ਮਿਰਦੰਗ ਰਬਾਬਾ, ਜੇ ਸਿੱਖ ਚਾਹੇ ਤਾਂ ਆਪਣੇ ਘਰ ਨੂੰ ਗੰਗਾ ਬਣਾ ਲਵੇ, ਬਨਾਰਸ ਬਣਾ ਲਵੇ, ਮੱਕਾ ਕਾਬਾ ਬਣਾ ਲਵੇ ਆਪਣੇ ਘਰ ਨੂੰ, ਤੇ ਜੇ ਚਾਹੇ ਤਾਂ ਨਰਕ ਬਣਾ ਲਵੇ ਆਪਣੇ ਘਰ ਨੂੰ, ਜੇ ਚਾਹੇ ਤਾਂ ਸ਼ਮਸ਼ਾਨ ਬਣਾ ਲਵੇ। ਕਿਉਂਕਿ ਜੇ ਘਰ ਸਾਧ ਨਸੇ ਵੀ ਹੈ, ਉਹ ਵੀ ਘਰ ਹਨ, ਉਹ ਵੀ ਮਕਾਨ ਹਨ, ਮਕਾਨਾਂ ਵਿੱਚ ਬੰਦੇ ਹੀ ਵਸਦੇ ਹਨ। ਪਰ ਸਾਹਿਬ ਨੇ ਆਖਿਆ ਮੇਰੇ ਕੋਲੋਂ ਪੁੱਛੋ ਉਹ ਕੈਸੇ ਮਕਾਨ ਹਨ ਔਰ ਵਸਣ ਵਾਲੇ ਕੌਣ ਹਨ ਉਹਨਾਂ ਵਿੱਚ। ਜੇ ਘਰ ਸਾਧ ਨਸੇ ਵੀ ਹੈ, ਹਰ ਕੀ ਪੂਜਾ ਨਾਹੇ, ਹਰੀ ਕੀ ਪੂਜਾ ਹੈ ਨਾਮ ਜਪਣਾ। ਜੇ ਘਰ ਸਾਧ ਨਸੇ ਵੀ ਹੈ, ਹਰ ਕੀ ਪੂਜਾ ਨਾਹੇ, ਤੇ ਘਰ ਮਰਟ ਸਾਰਖੇ, ਬੂਤ ਵਸੈ ਦਿਨ ਮਾਹੇ। ਉਹ ਘਰ ਸ਼ਮਸ਼ਾਨਾਂ ਵਰਗੇ ਹਨ ਔਰ ਉਹਨਾਂ ਵਿੱਚ ਵਸਣ ਵਾਲੇ ਬੰਦੇ ਬੰਦੇ ਨਹੀਂ ਭੂਤ ਨੇ ਹਨ। ਤੇ ਜਿੱਥੇ ਸਾਹਿਬ ਦੇ ਗੁਣ ਕੋਈ ਬੈਠਾ ਗਾ ਰਿਹਾ, ਉਸ ਘਰ ਦੇ ਵਾਸੀ ਦੇਵਤੇ ਹਨ, ਦੇਵਤੇ। ਜ਼ਾਹਰ ਪੀਰ ਜਗਤ ਗੁਰੂ ਬਾਬਾ, ਗੁਰੂ ਬਾਬਾ ਜ਼ਾਹਰ ਪੀਰ ਹੈ ਕਲਯੁਗ ਦੇ ਸਮੇਂ। ਗੁਰੂ ਨਾਨਕ ਬਿਨਾਂ ਕੋਈ ਮੋਢਾ ਨਹੀਂ ਸੀ ਦੇ ਸਕਦਾ ਇਸ ਡੁੱਬਦੇ ਜਹਾਜ ਨੂੰ, ਗੁਰੂ ਨਾਨਕ ਬਿਨਾਂ ਕੋਈ ਤਾਰ ਨਹੀਂ ਸੀ ਸਕਦਾ, ਕਿਉਂਕਿ ਇੱਕ ਰਾਵਣ ਨਹੀਂ ਸੀ ਵੀ ਜਿਸਨੂੰ ਮਾਰਿਆ ਤੇ ਕੰਮ ਖਤਮ, ਇੱਕ ਕੰਸ ਨਹੀਂ ਸੀ ਜਿਹਨੂੰ ਮਾਰਿਆ ਤੇ ਪ੍ਰੋਗਰਾਮ ਸੰਪੂਰਨ। ਇੱਥੇ ਤਾਂ ਘਰ ਘਰ ਰਾਵਣ ਸਨ, ਘਰ ਘਰ ਕੰਸ ਸਨ, ਤੇ ਫਿਰ ਕਿਸੇ ਨੂੰ ਮਾਰਨਾ ਵੀ ਨਹੀਂ ਸੀ, ਸਭਨਾਂ ਨੂੰ ਤਾਰਨਾ ਸੀ। ਕੰਸ ਨੂੰ ਤਾਂ ਮਾਰਿਆ, ਰਾਵਣ ਨੂੰ ਵੀ ਮਾਰਿਆ, ਮਾਰ ਕੇ ਤਾਰਿਆ। ਬੇਸ਼ੱਕ ਮੈਂ ਇਹ ਨਹੀਂ ਕਹਿੰਦਾ ਕਿ ਉਹ ਤੇਰੇ ਹੱਥੋਂ ਮਰ ਕੇ ਤੇ ਫਿਰ ਨਰਕ ਨੂੰ ਗਏ, ਨਹੀਂ, ਰਾਮ ਜੀ ਦੇ ਹੱਥੋਂ ਮਰ ਕੇ ਰਾਵਣ ਨਰਕ ਨੂੰ ਨਹੀਂ ਗਿਆ, ਜ਼ਰੂਰ ਬਖਸ਼ਿਆ ਗਿਆ, ਪਰ ਮਾਰ ਕੇ ਬਖਸ਼ਿਆ ਨਾ। ਗੁਰੂ ਨਾਨਕ ਨੇ ਮਾਰ ਕੇ ਨਹੀਂ ਬਖਸ਼ਿਆ, ਜਿਵਾ ਕੇ ਬਖਸ਼ਿਆ, ਜਿਉਂਦਾ ਕਰ ਬਿਠਾਇਆ। ਆਖਿਆ ਜਪ ਸ੍ਰੀ ਵਾਹਿਗੁਰੂ। ਐਸਾ ਮੇਰਾ ਜ਼ਾਹਰ ਪੀਰ ਗੁਰੂ ਨਾਨਕ ਸੱਚਾ ਪਾਤਸ਼ਾਹ, ਜਿਸ ਦੀ ਸ਼ਰਨ ਵਿੱਚ ਆਪ ਬੈਠੇ ਹੋ, ਲੂੰ ਲੂੰ ਨਾਲ ਜਪੋ ਭਾਈ। ਜ਼ਾਹਰ ਪੀਰ ਜਗਤ ਗੁਰੂ ਬਾਬਾ, ਜ਼ਾਹਰ ਪੀਰ ਜਗਤ ਗੁਰੂ ਬਾਬਾ। Yeah.
ਪੂਰਨਮਾਸ਼ੀ ਦਾ ਪੁਰਬ ਜਿਵੇਂ ਸਾਰੀਆਂ ਕਲਾ ਨਾਲ ਸੰਪੂਰਨ ਹੋ ਕੇ ਚੰਦਰਮਾ ਪੁਨਿਆ ਨੂੰ ਚੜ੍ਹਦਾ ਤਿਵੇਂ ਅਨੇਕ ਕਲਾ ਲੈ ਠਾਕੁਰ ਚੜ੍ਹਿਆ ਤਾਹੀਂ ਆਖਿਆ ਜਿੱਤ ਦੁਆਰੇ ਉਭਰੇ ਤੇਰੇ ਕੋਲ ਅਨੇਕ ਕਲਾ ਹਨ ਜਿਵੇਂ ਤਰਦਈ ਸੰਸਾਰ ਨੂੰ ਤਾਰ ਕੋਈ ਉਹ ਆਖੇ ਮੈਂ ਨਹੀਂ ਤਾਰ ਸਕਦਾ ਜਿਸ ਵਿੱਚ ਕੋਈ ਕਮੀ ਕਸਰ ਹੋਵੇ ਪਰ ਤੂੰ ਅਨੇਕ ਕਲਾ ਦਾ ਠਾਕੁਰ ਕਿਉਂਕਿ ਅਵਤਾਰ ਜਿਤਨੇ ਆਏ ਕੋਈ 16 ਤੋਂ ਵਧੀਕ ਕਲਾ ਵਾਲਾ ਨਾ ਆਇਆ 16 ਵਾਲੇ 14 ਵਾਲੇ ਪਰਸ਼ੁਰਾਮ 6 ਕਲਾ ਦਾ ਅਵਤਾਰ ਸੀ ਸਾਰੀ ਉਮਰ ਇਸੇ ਗੱਲ ਵਿੱਚ ਗੁਜ਼ਾਰ ਛੱਡੀ ਕਿ ਮੈਂ ਖੱਤਰੀ ਮਾਰਨੇ ਹਨ ਤੇ ਰਾਜ ਪੰਡਿਤਾਂ ਨੂੰ ਦੇਣੇ ਬਸ ਸਾਰੀਆਂ ਕਲਾ ਦੀ ਸ਼ਕਤੀ ਇਸੇ ਗੱਲ ਤੇ ਖਤਮ ਕਰ ਦਿੱਤੀ 14 ਕਲਾ ਵਾਲੇ ਆਏ ਤਾਂ ਵੀ ਸ਼ਕਤੀ ਇਸੇ ਗੱਲ ਤੇ ਖਰਚੀ ਕਿ ਆਹ ਇੱਕ ਪਾਪੀ ਹੈ ਇਸਨੂੰ ਮਾਰਨਾ 16 ਕਲਾ ਵਾਲੇ ਆਏ ਤਾਂ ਉਹਨਾਂ ਵੀ ਇਹੀ ਪ੍ਰੋਗਰਾਮ ਨਿਭਾਇਆ ਪਰ ਹੁਣ ਅਨੇਕ ਕਲਾ ਵਾਲਾ ਠਾਕੁਰ ਜਦੋਂ ਆਇਆ ਤਾਂ ਇਸ ਦੇ ਅੱਗੇ ਕਈ ਪ੍ਰੋਗਰਾਮ ਸਨ ਬੇਸ਼ੁਮਾਰ ਕੰਸ ਬੇਸ਼ੁਮਾਰ ਰਾਵਣ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਸਾਰਿਆਂ ਨੂੰ ਸੱਦ ਕੇ ਹੁਣ ਕਿਵੇਂ ਇਕੱਠਾ ਕਰਾਂ ਇਹਨਾਂ ਵਿੱਚ ਸਮਰਥਾ ਨਹੀਂ ਆਵਣ ਦੀ ਕਿਵੇਂ ਆਵਣਗੇ ਏਡੀ ਦੂਰੋਂ ਚੱਲ ਚੱਲ ਕੇ ਚਲੋ ਮੈਂ ਆਪ ਹੀ ਚੱਲਦਾ ਏਡਾ ਉਪਕਾਰ ਕਮਾਇਆ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਕਿ ਘਰ ਘਰ ਫਿਰੇ ਘਰ ਘਰ ਵਿਚਰੇ ਜਿੱਥੇ ਜਿੱਥੇ ਕੋਈ ਬਿਮਾਰ ਦੇਖਿਆ ਉੱਥੇ ਉੱਥੇ ਪਹੁੰਚ ਕੇ ਵੱਡੇ ਡਾਕਟਰ ਨੇ ਦਵਾਈ ਦਿੱਤੀ ਤੇ ਰਾਜੀ ਕਰਦੇ ਚਲੇ ਗਏ ਤੇ ਸਭ ਤੋਂ ਵੱਡੀ ਦਵਾਈ ਕੀਮਤੀ ਦਵਾਈ ਜੋ ਦਵਾਈ ਆਮ ਨਾ ਮਿਲੇ ਸਿਰਫ ਗੁਰੂ ਨਾਨਕ ਦੇ ਝੋਲੇ ਵਿੱਚ ਹੈ ਉਹ ਹੈ ਕੀਰਤਨ ਤੂੰ ਅੰਮ੍ਰਿਤ ਵੇਲੇ ਉੱਠੋ ਬਈ ਇਸ਼ਨਾਨ ਕਰੋ ਕੀਰਤਨ ਵਿੱਚ ਆ ਕੇ ਜੁੜੋ ਇਹ ਦਵਾਈ ਜੋ ਕੋਈ ਖਾਏਗਾ ਉਹਦੇ ਸਗਲ ਮਨੋਰਥ ਪੂਰੇ ਤੇ ਸਭ ਪਾਪ ਉਸ ਤੋਂ ਦੂਰ ਰਹਿਣਗੇ ਗੁਫਾ ਵਿੱਚ ਬਹਿ ਬਹਿ ਕੇ ਸਾਲਾਂ ਸਾਲ ਗੁਜ਼ਾਰ ਦਿੱਤੇ ਤੇ ਫਿਰ ਜਦੋਂ ਬਾਹਰ ਨਿਕਲੇ ਤਾਂ ਹੁਕਮ ਹੋਇਆ ਕੀਰਤਨ ਕਰੋ ਸੰਤ ਮਹਾਰਾਜ ਬਾਬਾ ਅਤਰ ਸਿੰਘ 12-12 ਸਾਲ ਗੁਫਾ ਵਿੱਚ ਗੁਜ਼ਾਰੇ ਇੱਕ ਐਨੀ ਜਿੰਨੀ ਮੋਰੀ ਜਿਸ ਚੋਂ ਸੇਵਾਦਾਰ ਬਾਹਰੋਂ ਆਣ ਕੇ ਪ੍ਰਸ਼ਾਦਾ ਰੱਖ ਦੇ ਤੇ ਜਿਸ ਵੇਲੇ ਭੁੱਖ ਲੱਗੀ ਉਹ ਚੁੱਕ ਕੇ ਉੱਥੋਂ ਖਾ ਲਿਆ ਤੇ ਬਰਤਨ ਉੱਥੇ ਰੱਖ ਦਿੱਤੇ ਦਿਹਾੜੀ ਬਾਹਰ ਨਾ ਨਿਕਲੇ ਬਾਹਰ ਨਿਕਲੇ ਤਾਂ ਕਿਤੇ ਅੱਧੀ ਰਾਤੀ ਜਿਸ ਵੇਲੇ ਕੋਈ ਮੱਥੇ ਨਾ ਲੱਗੇ ਏਡੀਆਂ ਕਮਾਈਆਂ ਤੇ ਘਾਲਾਂ ਘਾਲ ਘਾਲ ਤੇ ਫਿਰ ਜਦੋਂ ਬਾਹਰ ਨਿਕਲੇ ਤਾਂ ਹੁਕਮ ਹੋਇਆ ਕੀਰਤਨ ਕਰ ਸੰਗਤ ਸਜਾਓ ਕਿਉਂਕਿ ਜੋ ਫਕੀਰ ਆਪਣੀ ਹੀ ਕਚਕੌਲ ਕੋ ਭਰੇ ਜੇ ਗੁਰੂ ਨਾਨਕ ਦੇ ਹੋ ਤਾਂ ਗੁਰੂ ਨਾਨਕ ਦਾ ਪ੍ਰੋਗਰਾਮ ਕਰੋ ਲੰਗਰ ਲਾਓ ਆਟੇ ਦਾ ਨਹੀਂ ਰੋਟੀ ਦਾ ਨਹੀਂ ਪਾਣੀ ਦਾ ਨਹੀਂ ਹੋਰ ਕਿਸੇ ਸ਼ਹਿਰ ਦਾ ਨਹੀਂ ਸਾਹਿਬ ਦੇ ਨਾਮ ਦਾ ਕੀਰਤਨ ਦਾ ਕੀਰਤਨ ਦੀ ਮਹਿਮਾ ਹੈ ਕੀਰਤਨ ਦੀ ਮਹੱਤਤਾ ਹੈ ਗੁਰੂ ਨਾਨਕ ਦੇ ਘਰ ਵਿੱਚ ਤਾਂ ਹੀ ਮਾਤਾ 6ਵੇਂ ਪਾਤਸ਼ਾਹ ਦੀ ਮਾਤਾ ਗੰਗਾ ਗੱਲ ਲਾ ਕੇ ਪੁੱਤਰ ਨੂੰ ਆਸੀਸ ਦੇ ਰਹੀ ਹੈ ਸਤਿਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰ ਮਿਸਰ ਰਾਖੀ ਭੋਜਨ ਕੀਰਤਨ ਨੀਤ ਕਿ ਪੁੱਤਰਾ ਤੈਨੂੰ ਕੀਰਤਨ ਦਾ ਭੋਜਨ ਨਿਤ ਪ੍ਰਾਪਤ ਰਹੇ ਮੇਰਾ ਲਾਲ ਕਦੀ ਭੁੱਖਾ ਨਾ ਸਵੇ ਰੱਜ ਕੇ ਖਾਵੇ ਰੱਜ ਕੇ ਉਹ ਕਿਹੜਾ ਭੋਜਨ ਸੀ ਜਿਸ ਦੀ ਆਸੀਸ ਕਰ ਰਹੀ ਹੈ ਉਹ ਸੀ ਕੀਰਤਨ ਦਾ ਕੀਰਤਨ ਦੀ ਭੁੱਖ ਹੈ ਹਿਰਦੇ ਨੂੰ ਜਿਹੜਾ ਹਿਰਦੇ ਦੀ ਭੁੱਖ ਨਿਵਿਰਤ ਨਹੀਂ ਕਰਦਾ ਵੇਲੇ ਨਾਲ ਇਸ ਨੂੰ ਕੀਰਤਨ ਦਾ ਭੋਜਨ ਨਹੀਂ ਛਕਾਉਂਦਾ ਉਹ ਆਤਮਘਾਤੀ ਹੈ ਤੇ ਆਤਮਘਾਤੀ ਹੁੰਦਾ ਜਗਤ ਕਸਾਈ ਸਾਰੇ ਜਗਤ ਨੂੰ ਮਾਰ ਦੇਣ ਵਾਲਾ ਕਸਾਈ ਐਡਾ ਪਾਪ ਕਰਦਾ ਹੈ ਜਿਹੜਾ ਆਪਣੀ ਆਤਮਾ ਨੂੰ ਕੋਹ ਕੋਹ ਕੇ ਮਾਰਦਾ ਹੈ ਆਪਣੀ ਆਤਮਾ ਨੂੰ ਭੋਜਨ ਨਹੀਂ ਛਕਾਉਂਦਾ ਤੋ ਵੇਲੇ ਨਾਲ ਜਿਸ ਵੇਲੇ
ਪੰਗਤ ਲੱਗਦੀ ਹੈ ਸਿੱਖ ਗੁਰੂ ਕਾ ਭਜ ਕੇ ਆਵੇ ਔਰ ਇਸ ਪੰਗਤ ਵਿੱਚ ਆ ਕੇ ਬਵੇ ਕੀਰਤਨ ਗਾਵੇ ਜਿਵੇਂ ਆਖਿਆ ਘਰ ਘਰ ਬਾਬਾ ਗਾਵੀਏ ਵਜਨ ਤਾਲ ਮਰਦੰਗ ਰਬਾਬਾ ਉਹ ਫਿਰ ਮੇਰੇ ਜ਼ਾਹਰ ਪੀਰ ਜਗਤ ਗੁਰੂ ਬਾਬੇ ਦਾ ਨਿਕਟਵਰਤੀ ਹੋ ਜਾਏਗਾ। ਹੁਣ ਕੀਰਤਨ ਸਮਾਪਤੀ ਬੁੱਲਾ ਚੁੱਕਾਂ ਬਰਸਣੀਆਂ ਅੰਮ੍ਰਿਤ ਵੇਲੇ ਸਮੇਂ ਨਾਲ ਵਾਹਿਗੁਰੂ ਜੀ ਕਾ ਖਾਲਸਾ।